ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਅਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ। ਅੱਜ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਮੀਂਹ ਪਿਆ, ਕਈ ਥਾਵਾਂ 'ਤੇ ਹਨੇਰੀ ਵੀ ਬੜੀ ਤੇਜ਼ ਚੱਲੀ ਹੈ, ਜਿਹਦੇ ਕਰਕੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਣਾ ਕੁਦਰਤੀ ਸੀ ਅਤੇ ਨੁਕਸਾਨ ਹੋਇਆ ਵੀ ਹੈ। ਮੌਸਮ ਵਿਭਾਗ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਮੌਨਸੂਨ ਪੌਣਾ ਜਾਂਦਿਆਂ ਜਾਂਦਿਆਂ ਰੰਗ ਦਿਖਾ ਰਹੀਆਂ ਅਤੇ ਪੰਜਾਬ ਦੇ ਵਿੱਚ 48 ਘੰਟਿਆਂ ਦੇ ਅੰਦਰ ਅੰਦਰ ਹਰਿਆਣੇ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਮੀਂਹ ਤੇਜ਼ ਜਾਂ ਦਰਮਿਆਨਾ ਪੈਣ ਦੀ ਪੂਰੀ ਪੂਰੀ ਸੰਭਾਵਨਾ। ਅੱਜ ਜਲੰਧਰ ਦੇ ਵਿੱਚ ਵੀ, ਫਰੀਦਕੋਟ ਦੇ ਵਿੱਚ ਵੀ ਅਤੇ ਫਿਲੌਰ ਦੇ ਵਿੱਚ ਵੀ ਅਤੇ ਆਲੇ ਦੁਆਲੇ ਦੇ ਕਈ ਹੋਰ ਹਿੱਸਿਆਂ ਦੇ ਵਿੱਚ ਵੀ ਰੁਕ ਰੁਕ ਕੇ ਮੀਂਹ ਪਿਆ। ਮੌਸਮ ਦੇ ਵਿੱਚ ਬੜੀ ਵੱਡੀ ਤਬਦੀਲੀ ਅੱਜ ਦੇਖਣ ਨੂੰ ਮਿਲੀ ਅਤੇ ਅੱਜ ਦੁਪਹਿਰ ਦੇ ਵੇਲੇ ਤੋਂ ਬੱਦਲਵਾਈ ਬੜੀ ਸੰਘਣੀ ਹੋ ਗਈ ਕਈ ਹਿੱਸਿਆਂ ਦੇ ਵਿੱਚ। ਪਰ ਇੱਕ ਗੱਲ ਇਹਦੇ ਨਾਲ ਹੋਰ ਵੀ ਜੋੜਨੀ ਬਣਦੀ ਹੈ ਕਿ ਜੇਕਰ ਮੌਸਮ ਇਸੇ ਤਰੀਕੇ ਨਾਲ ਖਰਾਬ ਰਹਿੰਦਾ ਤਾਂ ਜਿਹੜੇ ਕਿਸਾਨ ਇਸ ਵਕਤ ਝੋਨਾ ਆਪਣਾ ਮੰਡੀਆਂ ਦੇ ਵਿੱਚ ਲਿਆ ਚੁੱਕੇ ਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੈ। ਖੜ੍ਹੀ ਫਸਲ ਦਾ ਨੁਕਸਾਨ ਤਾਂ ਹੈ ਹੀ, ਪਰ ਜੋ ਨੁਕਸਾਨ ਢੇਰੀਆਂ ਦੇ ਰੂਪ ਦੇ ਵਿੱਚ ਪਈ ਹੋਈ ਫਸਲ ਦਾ, ਉਸ ਨੁਕਸਾਨ ਦੀ ਭਰਪਾਈ ਹੋ ਨਹੀਂ ਸਕਦੀ। ਆੜ੍ਹਤੀਆਂ ਦੇ ਵੱਲੋਂ 5 ਅਕਤੂਬਰ ਤੱਕ ਦੀ ਹੜਤਾਲ ਕੀਤੀ ਗਈ ਹੈ ਕਿਉਂਕਿ ਕੇਂਦਰ ਦੇ ਵੱਲੋਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੀ ਅਦਾਇਗੀ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਉਹਦੇ ਬਾਬਤ ਆੜ੍ਹਤੀਆ ਭਾਈਚਾਰੇ ਨੇ ਇਹ ਗੱਲ ਕਹੀ ਹੈ ਕਿ ਇੱਦਾਂ ਕੰਮ ਚੱਲਣਾ ਨਹੀਂ। ਇਸ ਕਰਕੇ ਆੜ੍ਹਤੀਆਂ ਦੇ ਇੱਕ ਹਿੱਸੇ ਦੇ ਵੱਲੋਂ ਇਸ ਗੱਲ ਦਾ ਐਲਾਨ ਕੀਤਾ ਗਿਆ ਕਿ ਨਾ ਤਾਂ ਅਸੀਂ ਪਹਿਲੀ ਤੋਂ ਲੈ ਕੇ 5 ਅਕਤੂਬਰ ਤੱਕ ਝੋਨੇ ਦੀ ਤੁਲਾਈ ਕਰਨੀ ਹੈ, ਨਾ ਹੀ ਅਸੀਂ ਬੋਲੀ ਦੇਣੀ ਹੈ। ਇਸ ਕਰਕੇ ਕਿਸਾਨ ਖਾਸੇ ਪਰੇਸ਼ਾਨ ਹੈ। ਅਤੇ ਜੇਕਰ ਹੁਣ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਹਾਂ ਤਾਂ ਉਹ ਹੈ ਸਿੱਖੀ ਦੇ ਨਾਲ ਸੰਬੰਧਿਤ। ਜਦੋਂ ਵੀ ਅਸੀਂ ਸਿੱਖ ਧਰਮ ਦੀ, ਹਿੰਦੂ ਧਰਮ ਦੀ, ਮੁਸਲਿਮ ਜਾਂ ਕਿਸੇ ਵੀ ਹੋਰ ਧਰਮ ਦੀ ਗੱਲ ਕਰਨੀ ਹੋਵੇ, ਉਸ ਵਕਤ ਬੰਦੇ ਦੇ ਮਨ ਦੇ ਵਿੱਚ 100 ਕਿਸਮ ਦੇ ਸਵਾਲ ਆਉਂਦੇ ਆ ਕਿ ਕਿਤੇ ਕੋਈ ਸ਼ਬਦ ਅੱਗੇ ਪਿੱਛੇ ਨਾ ਹੋ ਜਾਵੇ। ਬਿਨਾਂ ਗੱਲੋਂ ਕਈਆਂ ਦੀਆਂ ਭਾਵਨਾਵਾਂ ਭੜਕ ਜਾਂਦੀਆਂ ਹੁੰਦੀਆਂ। ਪਰ ਕਈ ਲੋਕ ਇਹ ਗੱਲ ਕਹਿੰਦੇ ਆ ਕਿ ਹਾਂ ਧਰਮ ਦੀ ਗੱਲ ਕਰੋ ਹੀ ਨਾ, ਪਰ ਜੇਕਰ ਧਰਮ ਦੀ ਗੱਲ ਨਾ ਕੀਤੀ ਜਾਵੇ ਤਾਂ ਧਾਰਮਿਕ ਕੁਰੀਤੀਆਂ ਨੇ ਜਿਹੜੀਆਂ ਉਹਦੀ ਵੀ ਬਾਤ ਉੱਭਰ ਕੇ ਸਾਹਮਣੇ ਨਹੀਂ ਆ ਸਕਦੀ। ਆਪਾਂ ਸਾਰੇ ਜਾਣਦੇ ਹਾਂ ਕਿ KS ਮੱਖਣ ਦੇ ਵੱਲੋਂ ਪਿਛਲੇ ਦਿਨੀ ਆਪਣੇ ਕਕਾਰ ਲਾਹੇ ਗਏ ਆ। ਉਹਦੇ ਵੱਲੋਂ ਭਾਵੇਂ ਇਹ ਤਰਕ ਦਿੱਤਾ ਗਿਆ ਕਿ ਸਿੱਖਾਂ ਨੇ ਮੇਰੀ ਕਦੇ ਮਦਦ ਨਹੀਂ ਕੀਤੀ ਅਤੇ ਕਦੇ ਵੀ ਮੈਨੂੰ ਜਦੋਂ ਗਾਲਾਂ ਪੈਂਦੀਆਂ ਕੋਈ ਢਾਲ ਬਣ ਕੇ ਮੂਹਰੇ ਨਹੀਂ ਖੜਿਆ। ਭਾਵੇਂ ਉਹਦਾ ਇਹ ਬਹਾਨਾ ਹੋਵੇ, ਭਾਵੇਂ ਉਹ ਸੱਚੇ ਦਿਲੋਂ ਇਹ ਗੱਲ ਕਹਿੰਦਾ ਹੋਵੇ, ਅਸੀਂ ਇਸ ਪ੍ਰਸੰਗ ਦੇ ਵਿੱਚ ਨਹੀਂ ਜਾਣਾ। ਪਰ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਮਾਈ ਭਾਗੋ ਜੀ ਦਾ ਗਲਤ ਜ਼ਿਕਰ ਕਰਨ ਦੇ ਕਰਕੇ ਵਾਰ ਵਾਰ ਸੋਸ਼ਲ ਮੀਡੀਆ ਦੇ ਉੱਤੇ ਮਾਫ਼ੀ ਮੰਗਣੀ ਪਈ, ਜਿਸ ਤਰੀਕੇ ਦੇ ਨਾਲ ਉਹਦੇ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਗਈ ਅਤੇ ਉਹਨੇ ਇਹ ਗੱਲ ਕਹੀ ਕਿ ਮੇਰੇ ਕੋਲੋਂ ਗਲਤੀ ਹੋਈ ਹੈ, ਮੈਂ ਇਹਦੇ ਲਈ ਮਾਫ਼ੀ ਮੰਗਦਾ, ਅਣਜਾਣੇ ਦੇ ਵਿੱਚ ਗਲਤੀ ਹੋਈ ਹੈ, ਭਵਿੱਖ ਦੇ ਵਿੱਚ ਮੈਂ ਗਲਤੀ ਨਹੀਂ ਕਰਾਂਗਾ ਅਤੇ ਜਦੋਂ ਮੈਂ ਭਾਰਤ ਦੇ ਵਿੱਚ ਆਇਆ ਅਤੇ ਜੇਕਰ ਤੁਹਾਡਾ ਹੁਕਮ ਹੋਵੇ ਤਾਂ ਮੈਂ ਇੱਥੇ ਆ ਕੇ ਮਾਫ਼ੀ ਵੀ ਮੰਗ ਜਾਵਾਂਗਾ। ਪਰ ਹੁਣ ਇਸੇ ਗੱਲ ਦੇ ਉੱਤੇ ਇੱਕ ਨਵਾਂ ਮੁੱਦਾ ਪੈਦਾ ਹੋ ਗਿਆ। ਸਿੱਧੂ ਮੂਸੇਵਾਲਾ ਦੀ ਇਸ ਗਲਤੀ ਦੇ ਉੱਤੇ, ਇਸ ਗੀਤ ਦੇ ਵਿੱਚ ਜੋ ਤੁਲਨਾ ਕੀਤੀ ਗਈ ਮਾਈ ਭਾਗੋ ਜੀ ਦੇ ਨਾਲ, ਉਹਦੇ ਬਾਬਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵੱਲੋਂ ਇੱਕ ਦੀਵਾਨ ਦੇ ਵਿੱਚ ਚਰਚਾ ਕੀਤੀ ਗਈ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇੱਕ ਨਵੇਂ ਪੂਰ ਦਾ ਗਾਉਣ ਵਾਲਾ, ਇੱਕ ਨਵਾਂ ਮੁੰਡਾ ਜਿਹਦੇ ਵੱਲੋਂ ਇੱਕ ਗਲਤੀ ਕੀਤੀ ਗਈ ਹੈ ਅਤੇ ਉਹਦੇ ਬਾਬਤ ਬਹੁਤ ਵੱਡੇ ਪੱਧਰ ਦੇ ਉੱਤੇ ਰੌਲਾ ਪਿਆ। ਉਹ ਰੌਲਾ ਪਿਆ ਜੀ ਕਿ ਇਹਨੂੰ ਮਾਫ਼ੀ ਮੰਗਣੀ ਚਾਹੀਦੀ ਹੈ, ਇਹਨੇ ਮਾਈ ਭਾਗੋ ਜੀ ਦਾ ਸਤਿਕਾਰ ਨਹੀਂ ਕੀਤਾ, ਇਹਨੇ ਗਲਤ ਤੁਲਨਾ ਕਰ ਦਿੱਤੀ ਹੈ ਅਤੇ ਉਹਨੇ ਮਾਫ਼ੀ ਮੰਗ ਵੀ ਲਈ ਹੈ ਲਿਖਤੀ ਤੌਰ ਦੇ ਉੱਤੇ ਵੀ ਅਤੇ ਮੌਖਿਕ ਤੌਰ ਦੇ ਉੱਤੇ ਵੀ। ਪਰ ਸਾਡੇ ਬਾਕੀ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਨੇ, ਕੀ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਿਆ ਕੀ ਹੈ ਮਾਈ ਭਾਗੋ ਜੀ ਦੇ ਬਾਰੇ? ਉਹਦੇ ਵਿੱਚ ਦਿਗੰਬਰ ਲਿਖਿਆ ਗਿਆ ਕਿ ਮਾਈ ਭਾਗੋ ਜੀ ਦਿਗੰਬਰ ਸੀ ਅਤੇ ਦਿਗੰਬਰ ਤੋਂ ਭਾਵ ਹੁੰਦਾ ਕਿ ਨਿਰਵਸਤਰ, ਜਿਨ੍ਹਾਂ ਨੇ ਤਨ ਦੇ ਉੱਤੇ ਕੋਈ ਕੱਪੜਾ ਨਾ ਪਾਇਆ ਹੋਵੇ, ਜਿਹੜੇ ਅਲਫ ਨੰਗੇ ਹੋਣ। ਅਤੇ ਉਹਦੇ ਵਿੱਚ ਲਿਖਿਆ ਗਿਆ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਕਿ ਮਾਈ ਭਾਗੋ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਨਗਨ ਅਵਸਥਾ ਦੇ ਵਿੱਚ ਰਹਿੰਦੇ ਸੀ। ਸੋ ਇੱਕ ਪਾਸੇ ਅਸੀਂ ਕਹਿੰਦੇ ਹਾਂ ਵੀ ਉਹਨੇ ਗਲਤ ਤੁਲਨਾ ਕੀਤੀ ਆ, ਉਹਨੇ ਮਾਫ਼ੀ ਮੰਗੀ, ਪਰ ਦੂਜੇ ਪਾਸੇ ਅਸੀਂ ਸੂਰਜ ਪ੍ਰਕਾਸ਼ ਗ੍ਰੰਥ ਨੂੰ ਪੜ੍ਹਦੇ ਵੀ ਹਾਂ, ਸਾਡੇ ਵਿੱਚੋਂ ਕਈ ਉਹਦੇ 'ਤੇ ਅਮਲ ਵੀ ਕਰਦੇ ਆ ਅਤੇ ਭਾਈ ਸੰਤੋਖ ਸਿੰਘ ਦੇ ਵੱਲੋਂ ਲਿਖੇ ਹੋਏ ਇਸ ਗ੍ਰੰਥ ਦੇ ਉੱਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ, ਕਦੇ ਵੀ ਸ਼੍ਰੋਮਣੀ ਕਮੇਟੀ ਜਾਂ ਸਿੱਖ ਸੰਸਥਾਵਾਂ ਇਸ ਮੁਤੱਲਕ ਬੋਲੀਆਂ ਕਿਉਂ ਨਹੀਂ? ਇਹਦੇ ਲਈ ਕਿਹਨੂੰ ਮਾਫ਼ੀ ਮੰਗਣੀ ਚਾਹੀਦੀ ਹੈ? ਢੱਡਰੀਆਂ ਵਾਲਿਆਂ ਨੇ ਇਹ ਸਵਾਲ ਕੀਤਾ ਸੀ। ਫਿਰ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਇਹਦੇ ਵਿੱਚ ਲਿਖਿਆ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਨਗਣੀ ਦਿੱਤੀ, ਯਾਨੀ ਕਿ ਉਹਨਾਂ ਨੇ ਆਪਣੀ ਡੱਬੀ ਦੇ ਵਿੱਚੋਂ ਅਫੀਮ ਕੱਢ ਕੇ ਦਿੱਤੀ ਅਤੇ ਉਹਨਾਂ ਨੇ ਇਹ ਗੱਲ ਕਹੀ ਕਿ ਉਹ ਹਾਥੀ ਦੇ ਸਿਰ ਦੇ ਵਿੱਚ ਤੂੰ ਨਗਣੀ ਮਾਰਨੀ ਆ, ਪਰ ਉਸ ਤੋਂ ਪਹਿਲਾਂ ਡੱਬੀ ਦੇ ਵਿੱਚੋਂ ਜੋ ਕਾਲੀ ਨਗਣੀ ਦਿੱਤੀ ਆ, ਅਫੀਮ ਦਿੱਤੀ ਆ, ਮਤਲਬ ਇਹ ਹੈ ਕਿ ਉਹਨਾਂ ਨੂੰ ਨਸ਼ੇੜੀ ਵੀ ਦਰਸਾਇਆ ਗਿਆ। ਇਹਦੇ ਉੱਤੇ ਅਮਲ ਕਿਉਂ ਨਹੀਂ ਕਰਦੀ ਸ਼੍ਰੋਮਣੀ ਕਮੇਟੀ ਜਾਂ ਬਾਕੀ ਸੰਸਥਾਵਾਂ? ਕਿਉਂ ਨਹੀਂ ਇਸ ਗੱਲ ਦੇ ਉੱਤੇ ਅਮਲ ਕਰਕੇ ਕਾਰਵਾਈ ਕਰਦੀਆਂ ਸੰਸਥਾਵਾਂ ਕਿ ਇਹ ਵੀ ਸਿੱਖੀ ਦਾ ਘਾਣ ਕਰਨ ਵਾਲੀ ਗੱਲ ਹੈ? ਸਾਡੇ ਸਤਿਕਾਰਯੋਗ ਜੋ ਸਿੱਖ ਇਤਿਹਾਸ ਦੇ ਪਾਤਰ ਹੈ ਉਹਨਾਂ ਦੇ ਨਾਲ ਖਿਲਵਾੜ ਕਰਨ ਵਾਲੀ ਗੱਲ ਹੈ? ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੀ ਲੋਕਾਂ ਦੀ ਆਸਥਾ ਬੇਹੱਦ ਹੈ, ਉਹਨਾਂ ਦੀਆਂ ਭਾਵਨਾਵਾਂ ਦੇ ਉੱਤੇ ਸੱਟ ਮਾਰਨ ਵਾਲੀ ਗੱਲ ਹੈ? ਮੁੱਦਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਇਹ ਚੁੱਕਿਆ ਸੀ, ਪਰ ਇਹਨੂੰ ਬਣਾ ਕੁਝ ਹੋਰ ਦਿੱਤਾ ਗਿਆ।
ਹੁਣ ਕੁਝ ਕੁ ਸਿੱਖ ਜਥੇਬੰਦੀਆਂ ਦੇ ਆਗੂ ਨੇ ਜਿਹੜੇ ਉਹ ਅੱਜ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਮਿਲ ਕੇ ਆਏ ਆ। ਉਹਨਾਂ ਦੇ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਹੈ ਢੱਡਰੀਆਂ ਵਾਲਿਆਂ ਦੇ ਖਿਲਾਫ਼। ਇਹ ਗੱਲ ਕਹੀ ਗਈ ਹੈ ਜੀ ਕਿ ਇਹਨਾਂ ਦੇ ਵੱਲੋਂ ਸਿੱਖਾਂ ਦੇ ਵਿੱਚ ਭੰਬਲ ਭੂਸਾ ਪੈਦਾ ਕੀਤਾ ਜਾ ਰਿਹਾ, ਇਹ ਸਿੱਖਾਂ ਦੇ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਆ। ਇਹਨਾਂ ਨੂੰ ਇੱਥੇ ਬੁਲਾ ਕੇ ਅਤੇ ਇਹਨਾਂ ਦਾ ਪੱਖ ਸੁਣਿਆ ਜਾਵੇ, ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਲਬ ਕੀਤਾ ਜਾਵੇ, ਅਤੇ ਜੇਕਰ ਇਹ ਬੁਲਾਏ ਦੇ ਉੱਤੇ ਨਹੀਂ ਆਉਂਦੇ ਤਾਂ ਫਿਰ ਇਹਨਾਂ ਦੇ ਉੱਤੇ ਢੁੱਕਵੀਂ ਸਖ਼ਤ ਬਣਦੀ ਕਾਰਵਾਈ ਕੀਤੀ ਜਾਵੇ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਢੱਡਰੀਆਂ ਵਾਲਿਆਂ ਨੇ ਇਹ ਸਾਰੀਆਂ ਗੱਲਾਂ ਜਿਹੜੀਆਂ ਕਹੀਆਂ ਇਹ ਆਪਣੇ ਮੂੰਹੋਂ ਆਪਣੀ ਜ਼ੁਬਾਨੀ ਬਣਾ ਕੇ ਕਹੀਆਂ ਜਾਂ ਇਹਨਾਂ ਨੇ ਲਿਖੇ ਹੋਏ ਦੇ ਮੁਤਾਬਕ ਗੱਲਾਂ ਕੀਤੀਆਂ। ਜਦੋਂ ਉਹ ਵਾਰ ਵਾਰ ਇਹ ਗੱਲ ਕਹਿੰਦੇ ਆ ਕਿ ਜੀ ਮੈਂ ਨਹੀਂ ਕਹਿ ਰਿਹਾ, ਇਹ ਸਾਰਾ ਕੁਝ ਸੂਰਜ ਪ੍ਰਕਾਸ਼ ਦੇ ਵਿੱਚ ਲਿਖਿਆ ਹੋਇਆ ਅਤੇ ਕੋਈ ਵੀ ਸੱਜਣ ਪੜ੍ਹ ਲਵੇ, ਤਾਂ ਫਿਰ ਉਸ ਗੱਲ ਦੇ ਉੱਤੇ ਅਮਲ ਕਿਉਂ ਨਹੀਂ ਕੀਤਾ ਜਾ ਰਿਹਾ? ਪਤਾ ਨਹੀਂ ਕਿਹੜੇ ਕਾਰਨ ਆ ਜਿਹਦੇ ਕਰਕੇ ਅਸੀਂ ਸਿੱਖ ਭਾਈਚਾਰੇ ਦਾ ਇੱਕ ਹਿੱਸਾ ਲੋਕ ਆ ਜਿਹੜੇ ਉਹ ਤਰਕ ਦੀ ਗੱਲ ਹੀ ਨਹੀਂ ਕਰਨੀ ਚਾਹੁੰਦੇ। ਉਹ ਜਿਹੜੀਆਂ ਊਣਤਾਈਆਂ, ਜਿਹੜੀਆਂ ਕਮੀਆਂ ਪੇਸ਼ੀਆਂ ਕਿਤੇ ਵੀ ਦਰਜ ਕੀਤੀਆਂ ਗਈਆਂ ਉਹਨਾਂ ਦੇ ਵੱਲ ਅਸੀਂ ਖਿਆਲ ਹੀ ਨਹੀਂ ਮਾਰਨਾ ਚਾਹੁੰਦੇ। ਸਾਡੇ ਲਈ ਸਿਰਫ ਇੱਕ ਨੱਕ ਦੀ ਸਿੱਧ ਤੁਰਨ ਵਾਲੀ ਗੱਲ ਹੈ ਕਿ ਇੱਧਰ ਨੂੰ ਜਾਣਾ ਅਤੇ ਇੱਧਰ ਨੂੰ ਜਾਣਾ, ਅਸੀਂ ਤਰਕ ਦੇ ਕੋਲੋਂ ਕਿਉਂ ਨਹੀਂ ਲੰਘਦੇ ਗੇ? ਸਵਾਲਾਂ ਦਾ ਸਵਾਲ ਇਹ ਹੈ। ਇਸ ਮਸਲੇ ਦੇ ਉੱਤੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੀ ਪ੍ਰਤੀਕਿਰਿਆ ਦਿੱਤੀ ਹੈ ਉਹ ਅਸੀਂ ਟਿੱਪਣੀ ਦੇ ਰੂਪ ਦੇ ਵਿੱਚ ਸਾਂਝੀ ਕਰਾਂਗੇ, ਪਰ ਪਹਿਲਾਂ ਇਸ ਖਬਰ ਦਾ ਵੇਰਵਾ। ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ। ਕੁਝ ਸਿੱਖ ਜਥੇਬੰਦੀਆਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਢੱਡਰੀਆਂ ਵਾਲਿਆਂ ਦੇ ਖਿਲਾਫ਼ ਮੰਗ ਪੱਤਰ ਦਿੱਤਾ। ਉਹਨਾਂ ਨੇ ਕਿਹਾ ਕਿ ਢੱਡਰੀਆਂ ਵਾਲਾ ਗੁਰੂ ਗੋਬਿੰਦ ਸਿੰਘ ਅਤੇ ਮਾਈ ਭਾਗੋ ਦੇ ਸੰਬੰਧਾਂ ਬਾਰੇ ਇਤਰਾਜ਼ਯੋਗ ਪ੍ਰਚਾਰ ਕਰ ਰਹੇ ਨੇ। ਸਿੱਖ ਸੰਗਠਨਾਂ ਦਾ ਕਹਿਣਾ ਕਿ ਢੱਡਰੀਆਂ ਵਾਲਿਆਂ ਨੇ ਅਜਿਹਾ ਕੰਮ ਕਰਕੇ ਸਿੱਖ ਕੌਮ ਦੇ ਵਿੱਚ ਖਾਨਾ ਜੰਗੀ ਸ਼ੁਰੂ ਕੀਤੀ ਹੈ। ਇਹਨਾਂ ਸੰਗਠਨਾਂ ਦੀ ਮੰਗ ਹੈ ਕਿ ਢੱਡਰੀਆਂ ਵਾਲਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਕਿਸੇ ਹੋਰ ਥਾਂ ਦੇ ਉੱਤੇ ਬੁਲਾ ਕੇ ਸਪਸ਼ਟੀਕਰਨ ਮੰਗਿਆ ਜਾਵੇ। ਨਾਲ ਹੀ ਮੰਗ ਕੀਤੀ ਹੈ ਕਿ ਜੇਕਰ ਢੱਡਰੀਆਂ ਵਾਲਿਆਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਉਂਦੀ ਜਾਂ ਇਹ ਚਰਚਾ ਨਾਕਾਮਯਾਬ ਰਹਿੰਦੀ ਹੈ ਤਾਂ ਉਹਨਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਬਾਰੇ ਦੱਸਦਿਆਂ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸਿੱਖ ਪ੍ਰਚਾਰਕ ਨੂੰ ਸਿੱਖ ਇਤਿਹਾਸ ਨਾਲ ਛੇੜਖਾਨੀ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਸੰਬੰਧੀ 5 ਮੈਂਬਰੀ ਕਮੇਟੀ ਦਾ ਗਠਨ ਕਰਕੇ ਰਿਪੋਰਟ ਮੰਗੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਅੱਜ ਅਸੀਂ ਇਸ ਮੁਤਲਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਮੈਂ ਆਪਣੇ ਕੋਲੋਂ ਕੁਝ ਵੀ ਬਣਾ ਕੇ ਨਹੀਂ ਕਹਿ ਰਿਹਾ, ਕੋਈ ਵੀ ਸੱਜਣ ਸੂਰਜ ਪ੍ਰਕਾਸ਼ ਨੂੰ ਪੜ੍ਹ ਸਕਦਾ, ਉਹਦੇ ਵਿੱਚ ਜੋ ਲਿਖਿਆ ਉਹਦੇ ਅਰਥ ਕੱਢ ਸਕਦਾ ਅਤੇ ਫਿਰ ਉਹਨੂੰ ਪਤਾ ਲੱਗ ਜਾਣਾ ਕਿ ਮੈਂ ਆਪਣੇ ਕੋਲੋਂ ਗੱਲਾਂ ਬਣਾ ਕੇ ਕਹੀਆਂ ਜਾਂ ਉਹਦੇ ਵਿੱਚ ਲਿਖਿਆ ਹੋਇਆ। ਉਹਨਾਂ ਨੇ ਕਿਹਾ ਜੀ ਕਿ ਕੀ ਇਹ ਗੱਲ ਕਰਨੀ ਗਲਤ ਹੈ ਕਿ ਮਾਈ ਭਾਗੋ ਜੀ ਦੇ ਕਿਰਦਾਰ ਨੂੰ ਵਿਗਾੜ ਕੇ ਨਾ ਪੇਸ਼ ਕੀਤਾ ਜਾਵੇ? ਕੀ ਇਹ ਗੱਲ ਮੰਨ ਲਈਏ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਉਹ ਨਗਨ ਅਵਸਥਾ ਦੇ ਵਿੱਚ ਮਾਈ ਭਾਗੋ ਨੂੰ ਨਾਲ ਲਿਜਾ ਕੇ ਰੱਖਦੇ ਸੀਗੇ? ਕੀ ਇਸ ਗੱਲ ਨੂੰ ਅਸੀਂ ਮੰਨ ਲਈਏ ਹੱਸ ਕੇ ਕਿ ਮਾਈ ਭਾਗੋ ਨੇ ਜਿਹੜੇ ਉਹ ਬਿਲਕੁਲ ਨਿਰਵਸਤਰ ਰਹਿੰਦੇ ਹੁੰਦੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ? ਕੀ ਅਸੀਂ ਇਸ ਗੱਲ ਨੂੰ ਮੰਨ ਲਈਏ ਕਿ ਭਾਈ ਬਚਿੱਤਰ ਸਿੰਘ ਨੂੰ ਜਦੋਂ ਇਹ ਗੱਲ ਕਹੀ ਗਈ ਸੀ ਕਿ ਨਾਗਣੀ ਮਾਰਨੀ ਆ ਹਾਥੀ ਦੇ ਮੱਥੇ ਦੇ ਵਿੱਚ, ਉਸ ਵਕਤ ਗੁਰੂ ਗੋਬਿੰਦ ਸਿੰਘ ਨੇ ਅਫੀਮ ਕੱਢ ਕੇ ਦਿੱਤੀ ਸੀ? ਉਹਨਾਂ ਨੇ ਕਿਹਾ ਜੀ ਕਿ ਅਸੀਂ ਇਹਨਾਂ ਗੱਲਾਂ ਦੇ ਉੱਤੇ ਕਿੰਤੂ ਕਰਦੇ ਹਾਂ, ਤਾਂਹੀਓ ਕਈਆਂ ਨੂੰ ਚੁਭਦੇ ਹਾਂ। ਪਰ ਇੱਕ ਗੱਲ ਹੋਰ ਦੱਸਣੀ ਬਣਦੀ ਆ, ਉਹਨਾਂ ਦੇ ਕਹਿਣ ਮੁਤਾਬਕ ਜਿਹੜੇ ਲੋਕਾਂ ਨੇ ਸ਼ਿਕਾਇਤ ਦਿੱਤੀ ਆ ਉਹਨਾਂ ਦੇ ਵਿੱਚੋਂ ਕੁਝ ਇੱਕ ਨੇ ਪਿਛਲੇ ਦਿਨੀ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬਣਾ ਕੇ ਪਾਈ ਹੈ। ਉਹਦੇ ਵਿੱਚ ਇਹ ਗੱਲ ਕਹੀ ਹੈ ਕਿ ਮਾਈ ਭਾਗੋ ਜੀ ਦੇ ਬਾਬਤ ਜੋ ਦਿਗੰਬਰ ਲਿਖਿਆ ਗਿਆ ਇਹ ਕੋਈ ਗਲਤ ਪ੍ਰਸੰਗ ਦੇ ਵਿੱਚ ਨਹੀਂ ਹੈ। ਗੁਰਬਾਣੀ ਦਾ, ਭਗਤੀ ਦਾ, ਚਿੰਤਨ ਦਾ ਇਹੋ ਜਿਹਾ ਸਿਖਰ, ਇਹੋ ਜਿਹੀ ਅਵਸਥਾ ਪੈਦਾ ਹੋ ਗਈ, ਕਦੇ ਇਸ ਮੁਕਾਮ ਦੇ ਉੱਤੇ ਪਹੁੰਚ ਗਈ ਕਿ ਕੌਣ ਮਰਦ ਆ ਅਤੇ ਕੌਣ ਔਰਤ ਹੈ, ਕਿਹਨੇ ਕੱਪੜੇ ਪਾਏ ਆ ਅਤੇ ਕਿਹਨੇ ਕੱਪੜੇ ਨਹੀਂ ਪਾਏ, ਇਸ ਗੱਲ ਦਾ ਪਤਾ ਹੀ ਨਹੀਂ ਲੱਗਿਆ ਗਾ। ਅਤੇ ਭਾਈ ਰਣਜੀਤ ਸਿੰਘ ਹੋਰਾਂ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਗੁਰਬਾਣੀ ਤਰਕ ਦੀ ਗੱਲ ਕਰਦੀ ਹੈ, ਗੁਰਬਾਣੀ ਆਧੁਨਿਕਤਾ ਦੀ ਗੱਲ ਕਰਦੀ ਹੈ, ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਜ਼ਿੰਦਗੀ ਦੇ ਸਿਧਾਂਤ ਆ ਜਿਹੜੇ ਉਹ ਸਮਝੇ ਜਾਣ, ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਅਸੂਲਾਂ ਦੇ ਉੱਤੇ ਪਹਿਰਾ ਦਿੱਤਾ ਜਾਵੇ, ਅਤੇ ਇਹ ਗੁਰਬਾਣੀ ਦੇ ਵਿੱਚ ਕਦੋਂ ਲਿਖਿਆ ਕਿ ਇਹੋ ਜਿਹੀ ਮਸਤੀ ਦਾ ਆਲਮ ਆ ਜਾਂਦਾ, ਇਹੋ ਜਿਹੀ ਅਵਸਥਾ ਆ ਜਾਂਦੀ ਹੈ ਕਿ ਨੰਗੇ ਕਦੋਂ ਹੋ ਗਏ ਆ ਅਤੇ ਕੱਪੜੇ ਕਦੋਂ ਪਾ ਲਏ ਆ, ਭਗਤੀ ਦਾ ਇਹੋ ਜਿਹਾ ਰੰਗ ਕਿਹੜਾ ਆ ਜਾਂਦਾ, ਇਹਦੇ ਬਾਬਤ ਤਰਕ ਦੇ ਨਾਲ ਉੱਤਰ ਦਿੱਤਾ ਜਾਵੇ। ਉਹਨਾਂ ਨੇ ਕਿਹਾ ਜੀ ਕਿ ਅਕਾਲ ਤਖ਼ਤ ਸਾਹਿਬ ਤੋਂ ਅਸੀਂ ਪਰੇ ਨਹੀਂ, ਸਾਡੀ ਬੇਹੱਦ ਆਸਥਾ, ਪਰ ਜਿਸ ਤਰੀਕੇ ਦੇ ਨਾਲ ਕੁਝ ਕੁ ਜਥੇਬੰਦੀਆਂ ਦੇ ਵੱਲੋਂ ਇਸ ਮੁੱਦੇ ਨੂੰ ਐਵੇਂ ਪੜੁੱਲ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਇਹ ਅਸਲ ਦੇ ਵਿੱਚ ਹੋਰ ਕੋਈ ਜੇਕਰ ਸਿੱਖੀ ਦੇ ਲਈ ਕੰਮ ਕਰਨ ਇਸ ਸਮੇਂ ਦੇ ਵਿੱਚ ਤਾਂ ਸਿੱਖੀ ਦੀ ਹੋਰ ਵੀ ਚੜ੍ਹਦੀ ਕਲਾ ਹੋ ਸਕਦੀ ਹੈ। ਸੋ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਵੱਲੋਂ ਜੋ ਕੁਝ ਕਿਹਾ ਗਿਆ ਦੀਵਾਨ ਦੇ ਵਿੱਚ ਪਹਿਲਾਂ ਮੇਰੀ ਜਾਕੇ ਉਹ ਕੋਈ ਗਲਤ ਨਹੀਂ ਗੱਲ, ਸਗੋਂ ਸਾਨੂੰ ਇਸ ਗੱਲ ਦੀ ਪੜਤਾਲ ਕਰਨੀ ਚਾਹੀਦੀ ਹੈ ਕਿ ਇਹ ਕੁਝ ਕਿਉਂ ਲਿਖਿਆ ਗਿਆ। ਜਦੋਂ ਸਾਰੇ ਗ੍ਰੰਥ ਕੁਝ ਹੋਰ ਬੋਲਦੇ ਆ, ਸਿੱਖ ਇਤਿਹਾਸ ਕੁਝ ਹੋਰ ਬੋਲਦਾ, ਅਤੇ ਇੱਕ ਗ੍ਰੰਥ ਦੇ ਵਿੱਚ ਕੁਝ ਹੋਰ ਪੇਸ਼ ਕੀਤਾ ਗਿਆ, ਇਹ ਕਿਉਂ ਕੀਤਾ ਗਿਆ? ਜਿਹਦੇ ਉੱਤੇ ਗੱਲ ਕਰਨੀ ਚਾਹੀਦੀ ਹੈ, ਜਿਹੜੇ ਮਸਲੇ ਦੇ ਉੱਤੇ ਚਰਚਾ ਛੇੜਨੀ ਚਾਹੀਦੀ ਹੈ ਉਹਦੇ ਉੱਤੇ ਚਰਚਾ ਛੇੜਨ ਦੀ ਥਾਂ ਦੇ ਉੱਤੇ ਜੇਕਰ ਅਸੀਂ ਇਹ ਗੱਲ ਕਹੀਏ ਕਿ ਫਲਾਣੇ ਨੇ ਕਿੰਤੂ ਕਿਉਂ ਕੀਤਾ,
ਫਲਾਣੀ ਨੇ ਇਸ ਗੱਲ ਦੇ ਵੱਲ ਉਂਗਲ ਕਿਉਂ ਚੁੱਕੀ ਤਾਂ ਮੇਰਾ ਖਿਆਲ ਆ ਕਿ ਅਸੀਂ ਅੱਖਾਂ ਬੰਦ ਕਰਕੇ ਅੱਗੇ ਵਧਣ ਦੇ ਚਾਹਵਾਨ ਹਾਂ ਅਤੇ ਜੇਕਰ ਅਸੀਂ ਅੱਖਾਂ ਬੰਦ ਕਰਕੇ ਅੱਗੇ ਵਧਾਂਗੇ ਤਾਂ ਫਿਰ ਕਿਸੇ ਨਾ ਕਿਸੇ ਪਾਸੇ ਡਿੱਗਾਂਗੇ ਵੀ, ਫਿਰ ਅਸੀਂ ਅੜਕਾਂਗੇ ਵੀ ਜ਼ਰੂਰ। ਸੋ ਉਹ ਢੱਡਰੀਆਂ ਵਾਲਿਆਂ ਨੇ ਸਾਡੀ ਜਾਚੇ ਕੋਈ ਬਹੁਤੀ ਗਲਤੀ ਨਹੀਂ ਕੀਤੀ, ਇਸ ਮਸਲੇ ਦੇ ਉੱਤੇ ਉਹਨਾਂ ਨੇ ਤਰਕੀ ਪੇਸ਼ ਕੀਤਾ। ਉਹਨਾਂ ਦੇ ਤਰਕ ਨੂੰ ਅਸੀਂ ਇਸ ਕਰਕੇ ਮੰਨਦੇ ਹਾਂ ਕਿਉਂਕਿ ਜੋ ਕੁਝ ਲਿਖਿਆ ਉਹਨਾਂ ਨੇ ਉਹਦੀ ਪੇਸ਼ਕਾਰੀ ਕੀਤੀ ਹੈ। ਜੇ ਤਾਂ ਕੋਈ ਲਿਖੇ ਦੇ ਉੱਤੇ ਟਿੱਪਣੀ ਕਰਦਾ ਅਤੇ ਲਿਖਿਆ ਗਲਤ ਹੋਵੇ ਫਿਰ ਤਾਂ ਸਾਨੂੰ ਉਹਦਾ ਵਿਰੋਧ ਨਹੀਂ ਕਰਨਾ ਚਾਹੀਦਾ, ਪਰ ਜੇਕਰ ਲਿਖਿਆ ਨਹੀਂ ਤਾਂ ਅਸੀਂ ਆਪਣੇ ਕੋਲੋਂ ਬਣਾ ਕੇ ਪੇਸ਼ਕਾਰੀ ਕਰਦੇ ਹਾਂ ਤਾਂ ਫਿਰ ਇਹਦਾ ਜ਼ਰੂਰ ਵਿਰੋਧ ਹੋਣਾ ਚਾਹੀਦਾ। ਇਸ ਕਰਕੇ ਸਿਰਫ ਅਤੇ ਸਿਰਫ ਅੱਖਾਂ ਬੰਦ ਕਰਕੇ ਤੁਰਨ ਦੀ ਇੱਛਾ ਨਾ ਪਾਲੀਏ, ਸਗੋਂ ਚੌਂ ਦਿਸ਼ਾਵਾਂ ਦੇ ਵੱਲ ਵੇਖ ਕੇ ਅੱਗੇ ਵਧੀਏ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਣ ਇੱਕ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਵਿੱਚ ਕਈ ਵਾਰ ਤਰੇੜਾਂ ਦੀਆਂ ਖਬਰਾਂ ਪਹਿਲਾਂ ਵੀ ਆਈਆਂ, ਪਰ ਹੁਣ ਹਰਿਆਣੇ ਦੇ ਵਿੱਚ ਤਾਂ ਪੱਕੀ ਲਕੀਰ ਖਿੱਚੀ ਗਈ ਹੈ। ਇਹ ਨੈਲੋ ਦੇ ਨਾਲ ਅਕਾਲੀ ਦਲ ਦਾ ਗੱਠਜੋੜ ਹੋ ਗਿਆ। ਭਾਜਪਾ ਇਕੱਲੇ ਤੌਰ ਦੇ ਉੱਤੇ ਚੋਣ ਲੜ ਰਹੀ ਹੈ, ਉਹਨੂੰ ਕਿਸੇ ਦੇ ਸਹਿਯੋਗ ਦੀ ਵੈਸੇ ਬਹੁਤੀ ਲੋੜ ਵੀ ਨਹੀਂ ਜਿਸ ਰਫ਼ਤਾਰ ਦੇ ਵਿੱਚ ਉਹ ਜਾ ਰਹੇ ਅਤੇ ਜਿਹੜੀ ਦਿਸ਼ਾ ਦੇ ਵੱਲ ਉਹ ਜਾ ਰਹੇ ਆ, ਕਿਉਂਕਿ ਬਾਕੀ ਸਾਰੀਆਂ ਪਾਰਟੀਆਂ ਬਾਉਣੀਆਂ ਹੀ ਨੇ ਅੱਜ ਦੀ ਤਰੀਕ ਦੇ ਵਿੱਚ ਭਾਜਪਾ ਦੇ ਮੂਹਰੇ। ਸਿਧਾਂਤਕ ਪੱਖੋਂ ਨਹੀਂ, ਆਪਣੇ ਜੋ ਜੋ ਉਹਨਾਂ ਦੇ ਵੱਲੋਂ ਪ੍ਰਚਾਰ ਦੇ ਢੰਗ ਤਰੀਕੇ ਵਸੀਲੇ ਅਪਣਾਏ ਗਏ ਉਹਦੇ ਕਰਕੇ, ਪਰ ਹੁਣ ਪਤਾ ਲੱਗਾ ਕਿ ਅਕਾਲੀ ਦਲ ਦੇ ਵੱਲੋਂ ਪੰਜਾਬ ਦੇ ਵਿੱਚ ਭਾਜਪਾ ਨੂੰ ਠਿੱਬੀ ਲਾਉਣ ਦੇ ਲਈ ਇੱਕ ਨਵੀਂ ਕੋਸ਼ਿਸ਼ ਆਰੰਭੀ ਗਈ ਹੈ। ਕਿਉਂਕਿ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ 21 ਤਰੀਕ ਨੂੰ, 24 ਤਰੀਕ ਨੂੰ ਨਤੀਜੇ ਆਉਣਗੇ, ਯਾਨੀ ਕਿ 3 ਦਿਨ ਬਾਅਦ ਅਕਤੂਬਰ ਮਹੀਨੇ ਦੇ ਵਿੱਚ ਸਾਰਾ ਕੰਮ ਹੋ ਜਾਣਾ। ਪਰ ਦੋ ਥਾਵਾਂ ਦੇ ਉੱਤੇ ਭਾਜਪਾ ਉਮੀਦਵਾਰ ਖੜ੍ਹੇ ਆ, ਪੰਜਾਬ ਦੇ ਵਿੱਚ ਦੋ ਥਾਵਾਂ ਦੇ ਉੱਤੇ ਅਕਾਲੀ ਉਮੀਦਵਾਰ ਖੜ੍ਹੇ ਆ। ਜਿਹੜੀਆਂ ਥਾਵਾਂ ਦੇ ਉੱਤੇ ਭਾਜਪਾ ਉਮੀਦਵਾਰ ਖੜ੍ਹੇ ਆ ਉੱਥੇ ਅਕਾਲੀ ਦਲ ਦਾ ਕੋਈ ਆਗੂ ਪ੍ਰਚਾਰ ਕਰਦਾ ਨਹੀਂ ਸੁਣਿਆ, ਅਤੇ ਜਿਹੜੀਆਂ ਥਾਵਾਂ ਦੇ ਉੱਤੇ ਅਕਾਲੀ ਦਲ ਦੇ ਉਮੀਦਵਾਰ ਖੜ੍ਹੇ ਆ ਉੱਥੇ ਹਾਲੇ ਤੱਕ ਕੋਈ ਭਾਜਪਾ ਹੀ ਨਹੀਂ ਵੋੜਿਆ। ਯਾਨੀ ਕਿ ਜਿਹੜੀਆਂ ਦੂਰੀਆਂ ਨੇ ਉਹ ਇਸ ਕਦਰ ਵਧੀਆਂ ਹੋਈਆਂ ਕਿ ਇਸ ਵਕਤ ਇਸ ਗੱਲ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਨੂੰ ਵੱਧ ਸੀਟਾਂ ਮਿਲਦੀਆਂ ਜਾਂ ਤੁਹਾਨੂੰ ਮਿਲਦੀਆਂ। ਕਾਂਗਰਸ ਦੇ ਨਾਲ ਮੁਕਾਬਲਾ, ਆਮ ਆਦਮੀ ਪਾਰਟੀ ਦੇ ਨਾਲ ਮੁਕਾਬਲਾ ਬਾਅਦ ਦੇ ਵਿੱਚ ਹੈ, ਪਰ ਪਹਿਲਾਂ ਦੋ ਦੋ ਸੀਟਾਂ ਦੇ ਉੱਤੇ ਮੁਕਾਬਲਾ ਜਿਹੜਾ ਉਹ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦਾ ਪੰਜਾਬ ਦੇ ਅੰਦਰ ਹੈ। ਸੋ ਅੱਜ ਕੁਝ ਕੁ ਹੋਰ ਖਬਰਾਂ ਵੀ ਪ੍ਰਾਪਤ ਹੋਈਆਂ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਜੀ ਕਿ ਹਰਿਆਣੇ ਵਿੱਚ ਭਾਵੇਂ ਸਾਡਾ ਗੱਠਜੋੜ ਨਹੀਂ ਪਰ ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਆ ਜਿਹੜਾ ਉਹ ਪਾਕ ਪਵਿੱਤਰ ਸੀ ਹੈ ਅਤੇ ਰਹੇਗਾ। ਇਹ ਹੁਣ ਕਿੰਨਾ ਕੁ ਰਹੇਗਾ ਸੀ ਜਾਂ ਹੈ ਇਹਦੇ ਬਾਬਤ ਅਸੀਂ ਕੋਈ ਟਿੱਪਣੀ ਨਹੀਂ ਕਰਦੇ, ਪਰ ਜਿਹੜੀ ਰਿਪੋਰਟ ਆਈ ਹੈ ਜ਼ਿਮਨੀ ਚੋਣਾਂ ਦੇ ਮੁਤਲਕ ਪਹਿਲਾਂ ਉਹਦਾ ਵੇਰਵਾ ਸਾਂਝਾ ਕਰਦੇ ਹਾਂ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਹਰਿਆਣੇ ਦੇ ਵਿੱਚ ਝਟਕਾ ਖਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਬੀਜੇਪੀ ਨੂੰ ਸਬਕ ਸਿਖਾ ਸਕਦਾ ਹੈ। ਪੰਜਾਬ ਦੇ ਵਿੱਚ ਬੀਜੇਪੀ ਦੋ ਵਿਧਾਨ ਸਭਾ ਹਲਕਿਆਂ ਤੋਂ ਜ਼ਿਮਨੀ ਚੋਣ ਲੜ ਰਹੀ ਹੈ। ਅਕਾਲੀ ਦਲ ਦੀ ਹੇਠਲੀ ਲੀਡਰਸ਼ਿਪ ਦੇ ਵਿੱਚ ਚਰਚਾ ਹੈ ਕਿ ਜ਼ਿਮਨੀ ਚੋਣ ਦੇ ਵਿੱਚ ਬੀਜੇਪੀ ਨੂੰ ਦੱਸ ਦਿੱਤਾ ਜਾਵੇ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਹੈ। ਅਕਾਲੀ ਦਲ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਬੀਜੇਪੀ ਇਕੱਲੇ ਤੌਰ ਦੇ ਉੱਤੇ ਕੋਈ ਸੀਟ ਨਹੀਂ ਕੱਢ ਸਕਦੀ। ਇਸ ਦਾ ਅਸਰ ਬੀਜੇਪੀ ਦੇ ਹਿੱਸੇ ਵਾਲੀਆਂ ਜ਼ਿਮਨੀ ਚੋਣਾਂ ਦੀਆਂ ਦੋ ਸੀਟਾਂ ਦੇ ਉੱਤੇ ਦੇਖਣ ਨੂੰ ਹਾਲ ਦੀ ਘੜੀ ਮਿਲ ਰਿਹਾ। ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਖੁੱਲ੍ਹ ਕੇ ਬੀਜੇਪੀ ਉਮੀਦਵਾਰਾਂ ਨਾਲ ਨਹੀਂ ਚੱਲ ਰਹੇ। ਅਕਾਲੀ ਲੀਡਰ ਇਸ ਗੱਲ ਤੋਂ ਭਰੇ ਪੀਤੇ ਬੈਠੇ ਨੇ ਕਿ ਬੀਜੇਪੀ ਲੀਡਰਸ਼ਿਪ ਦੇ ਸੀਨੀਅਰ ਲੀਡਰ ਗਿਣ ਮਿਥ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਨਿਸ਼ਾਨਾ ਬਣਾ ਰਹੇ ਨੇ। ਦਰਅਸਲ ਹਰਿਆਣਾ ਵਿੱਚ ਬੀਜੇਪੀ ਵੱਲੋਂ ਗੱਠਜੋੜ ਤੋਂ ਇਨਕਾਰ ਕਰਨ ਤੋਂ ਮਗਰੋਂ ਅਕਾਲੀ ਦਲ ਕਾਫੀ ਔਖਾ ਭਾਰਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਬੀਜੇਪੀ ਲੀਡਰ ਹੁਣ ਛੋਟੇ ਦੀ ਬਜਾਏ ਵੱਡਾ ਭਰਾ ਹੋਣ ਦਾ ਦਾਅਵਾ ਕਰਨ ਲੱਗੇ ਨੇ। ਚਰਚਾ ਹੈ ਕਿ ਬੀਜੇਪੀ ਅਕਾਲੀ ਦਲ ਤੋਂ ਵੱਧ ਸੀਟਾਂ ਲੈਣ ਦੇ ਲਈ ਮਾਹੌਲ ਬਣਾ ਰਹੀ ਆ। ਇਸ ਦੇ ਲਈ ਜ਼ਿਮਨੀ ਚੋਣਾਂ ਸੰਬੰਧੀ ਦੋਵਾਂ ਧਿਰਾਂ ਦੇ ਵਿੱਚ ਤਣਾਅ ਵੱਧ ਰਿਹਾ। ਇਸ ਤਣਾਅ ਨੂੰ ਘਟਾਉਣ ਦੇ ਲਈ 5 ਅਕਤੂਬਰ ਨੂੰ ਜਲੰਧਰ ਦੇ ਵਿੱਚ ਤਾਲਮੇਲ ਕਮੇਟੀ ਦੀ ਮੀਟਿੰਗ ਰੱਖੀ ਗਈ ਹੈ। ਇਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਭਾਜਪਾ ਦੇ ਸੂਬਾਈ ਪ੍ਰਧਾਨ ਸ਼ਵੇਤ ਮਲਿਕ ਹਾਜ਼ਰ ਹੋ ਰਹੇ ਨੇ। ਅਕਾਲੀ ਨੇਤਾ ਇਸ ਗੱਲੋਂ ਵੀ ਔਖੇ ਨੇ ਕਿ ਜਦੋਂ ਬੀਜੇਪੀ ਨੇਤਾ ਟੀਵੀ ਚੈਨਲਾਂ ਦੇ ਉੱਤੇ ਚੱਲਦੀ ਬਹਿਸ ਦੌਰਾਨ ਸੁਖਬੀਰ ਬਾਦਲ ਦੇ ਖਿਲਾਫ਼ ਹੀ ਬੋਲ ਰਹੇ ਨੇ ਤਾਂ ਉਹ ਬੀਜੇਪੀ ਉਮੀਦਵਾਰਾਂ ਦੇ ਹੱਕ ਦੇ ਵਿੱਚ ਕਿਵੇਂ ਵੋਟਾਂ ਮੰਗ ਸਕਦੇ ਨੇ। ਪੰਜਾਬ ਦੇ ਵਿੱਚ ਹੋ ਰਹੀਆਂ 4 ਜ਼ਿਮਨੀ ਚੋਣਾਂ ਦੇ ਵਿੱਚੋਂ 2 ਸੀਟਾਂ ਮੁਕੇਰੀਆਂ ਅਤੇ ਫਗਵਾੜਾ ਭਾਜਪਾ ਦੇ ਹਿੱਸੇ ਆਉਂਦੀਆਂ ਨੇ ਅਤੇ ਦਾਖਾ ਅਤੇ ਜਲਾਲਾਬਾਦ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਵਾਲੀਆਂ ਸੀਟਾਂ ਨੇ। ਫਗਵਾੜਾ ਅਤੇ ਮੁਕੇਰੀਆਂ ਦੇ ਵਿੱਚ ਅਕਾਲੀ ਨੇਤਾਵਾਂ ਨੇ ਹਾਲ ਦੀ ਘੜੀ ਦੜਵੱਟੀ ਹੋਈ ਹੈ, ਉਹ ਬੀਜੇਪੀ ਉਮੀਦਵਾਰਾਂ ਨਾਲ ਚੱਲਣ ਵਾਸਤੇ ਤਿਆਰ ਨਹੀਂ। ਇਹਨਾਂ ਅਕਾਲੀ ਨੇਤਾਵਾਂ ਦਾ ਕਹਿਣਾ ਸੀ ਕਿ 5 ਅਕਤੂਬਰ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਜਾਵੇਗਾ ਕਿ ਬੀਜੇਪੀ ਦੇ ਉਮੀਦਵਾਰਾਂ ਦੀ ਹਮਾਇਤ ਕਰਨੀ ਹੈ ਜਾਂ ਫਿਰ ਨਹੀਂ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਗੱਲ ਸੱਚੀ ਹੈ ਕਿ ਬੀਜੇਪੀ ਦੇ ਵੱਲੋਂ ਇਸ ਵਕਤ ਅਕਾਲੀ ਦਲ ਨੂੰ ਝਟਕੇ ਦੇ ਉੱਤੇ ਝਟਕਾ ਦਿੱਤਾ ਜਾ ਰਿਹਾ, ਪਰ ਅਕਾਲੀ ਦਲ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਝਟਕੇ ਨੂੰ ਅਸੀਂ ਘਟਾਈਏ, ਇਹਦਾ ਅਸਰ ਆ ਜਿਹੜਾ ਸਾਡੇ ਤੱਕ ਘੱਟ ਪਹੁੰਚੇ, ਪਰ ਇਹ ਅਸਰ ਜਿਹੜਾ ਉਹ ਦਿਸ ਰਿਹਾ ਅਤੇ ਦਿਸਣਾ ਵੀ ਆਉਂਦੇ ਸਮੇਂ ਦੇ ਵਿੱਚ ਇਹ ਗੱਲ ਪੱਕੀ ਹੈ। ਭਾਜਪਾ ਦੀ ਇਸ ਵਕਤ ਤੂਤੀ ਬੋਲ ਰਹੀ ਹੈ, ਭਾਵੇਂ ਲੋਕ ਔਖੇ ਹੋਣ ਭਾਵੇਂ ਲੋਕ ਸੌਖੇ ਹੋਣ, ਪਰ ਜਾਂਦੇ ਉੱਧਰਲੇ ਪਾਸੇ ਹੀ ਹੈ। ਇਸ ਕਰਕੇ ਭਾਜਪਾ ਨੂੰ ਪਰਵਾਹ
ਭਾਜਪਾ ਦੇ ਕਈ ਨੇਤਾ ਪੰਜਾਬ ਦੇ ਵਿੱਚ ਬੋਲ ਚੁੱਕੇ ਆ ਕਿ ਅਸੀਂ ਹੁਣ ਵੱਡੇ ਭਰਾ ਵਾਲੀ ਥਾਂ ਲੈ ਲਈ ਹੈ। ਹਾਲਾਂਕਿ ਭਾਜਪਾ ਦੇ ਆਗੂ ਇਹ ਗੱਲ ਕਹਿ ਸਕਦੇ ਆ ਕਿ ਸਾਡੀ ਪਾਰਟੀ ਭਾਜਪਾ ਵੱਡੀ ਭੈਣ ਆ, ਪਰ ਉਹ ਵੀ ਗੱਲ ਕਹਿੰਦੇ ਆ ਕਿ ਅਕਾਲੀ ਦਲ ਨਹੀਂ ਹੁਣ ਸਾਡੀ ਭਾਜਪਾ ਵੱਡਾ ਭਰਾ। ਇਸ ਕਰਕੇ ਜੋ ਮਦਨ ਮੋਹਨ ਮਿੱਤਲ ਸਾਹਿਬ ਨੇ ਕਿਹਾ ਪਿਛਲੇ ਦਿਨੀ ਕਿ ਸਾਨੂੰ 59 ਸੀਟਾਂ ਚਾਹੀਦੀਆਂ, ਹੁਣ ਪਹਿਲਾਂ ਵਾਲੀ ਗੱਲ ਨਹੀਂ। ਕਈ ਨੇਤਾ ਇਸ ਤੋਂ ਪਹਿਲਾਂ ਵੀ ਬੋਲ ਚੁੱਕੇ ਆ, ਅਕਾਲੀ ਦਲ ਦੇ ਆਗੂ ਇਸ ਗੱਲੋਂ ਔਖੇ ਭਰੇ ਆ। ਅਕਾਲੀ ਦਲ ਦੇ ਨੇਤਾਵਾਂ ਨੇ ਕੁਝ ਕੁ ਨੇ ਇਹ ਜਾਣਕਾਰੀ ਦਿੱਤੀ ਆ ਕਿ ਅਸੀਂ ਐਤਕੀ 5 ਦਾ ਭੌਣ ਭਾਜਪਾ ਨੂੰ ਪੰਜਾਬ ਦੇ ਵਿੱਚ ਦਿਖਾ ਦੇਣਾ, ਅਸੀਂ ਇਹ ਗੱਲ ਦੱਸ ਦੇਣੀ ਆ ਕਿ ਤੁਹਾਡੀ ਪੰਜਾਬ ਦੇ ਵਿੱਚ ਸਾਡੇ ਕਰਕੇ ਵਕਤ ਹੈ। ਉਹਨਾਂ ਨੇ ਕਿਹਾ ਜੀ ਕਿ ਅਸੀਂ ਤਾਂ ਆਪਣੀਆਂ 2 ਸੀਟਾਂ ਨੂੰ ਸੰਭਾਲ ਲਿਆ, ਪ੍ਰਚਾਰ ਵੀ ਤੇਜ਼ ਆ, ਸਾਡੇ ਹੱਕ ਦੇ ਵਿੱਚ ਵੀ ਲੋਕ ਹੈ, ਪਰ ਮੁਕੇਰੀਆਂ ਅਤੇ ਫਗਵਾੜਾ ਇਹਨਾਂ ਦੋਹਾਂ ਸੀਟਾਂ ਦੇ ਉੱਤੇ ਪਤਾ ਲੱਗ ਜਾਣਾ ਵੀ ਕੌਣ ਕਿੰਨੇ ਪਾਣੀ ਦੇ ਵਿੱਚ ਹੈ। ਜਦੋਂ ਅਸੀਂ ਸਾਥ ਨਹੀਂ ਦੇਵਾਂਗੇ ਤਾਂ ਦੇਖ ਲਾਂਗੇ ਭਾਜਪਾ ਆਪਣੇ ਦਮ ਦੇ ਉੱਤੇ ਇਹ ਸੀਟਾਂ ਕੱਢਦੀ ਹੈ ਜਾਂ ਫਿਰ ਨਹੀਂ। ਸੋ ਵਕਤ ਦੱਸੂਗਾ ਕਿ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਵਿੱਚੋਂ ਕੌਣ ਕਿੰਨੀਆਂ ਸੀਟਾਂ ਲੈ ਕੇ ਜਾਂਦਾ, ਪਰ ਇਹ ਗੱਲ ਪੱਕੀ ਹੈ ਕਿ ਪੰਜਾਬ ਦੇ ਵਿੱਚ ਜ਼ਿਮਨੀ ਚੋਣਾਂ ਦਾ ਮਾਹੌਲ ਪੂਰੀ ਤਰ੍ਹਾਂ ਪੱਕ ਚੁੱਕਿਆ। ਹਰਿਆਣੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ, ਉਹਦੇ ਮੁਤਲਕ ਹਰ ਰੋਜ਼ ਕੋਈ ਨਾ ਕੋਈ ਇਹੋ ਜਿਹੀ ਖਬਰ ਆ ਰਹੀ ਹੈ ਜਿਹਦੇ ਕਰਕੇ ਚੁੰਝ ਚਰਚਾ ਛਿੜ ਪੈਂਦੀ ਹੈ। ਜਿਵੇਂ ਪੰਜਾਬ ਦੇ ਵਿੱਚ ਅਤੇ ਭਾਰਤ ਦੇ ਬਾਕੀ ਹਿੱਸਿਆਂ ਦੇ ਵਿੱਚ ਸਿਆਸਤ ਦੇ ਚੱਕਰਾਂ ਦੇ ਵਿੱਚ ਲੋਕ ਇੱਕ ਦੂਜੇ ਦਾ ਸਿਰ ਖੋਲ੍ਹ ਦਿੰਦੇ ਆ, ਪਾੜ ਦਿੰਦੇ ਆ, ਉਸ ਤਰੀਕੇ ਦੇ ਨਾਲ ਅੱਜ ਹਰਿਆਣੇ ਦੇ ਵਿੱਚ ਵੀ ਹੋਇਆ। ਇੱਕ ਥਾਂ ਦੇ ਉੱਤੇ ਜਨ ਨਾਇਕ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਆਪਸ ਦੇ ਵਿੱਚ ਕੁੱਕੜਾਂ ਵਾਂਗੂ ਲੜੇ ਆ। ਇਹਨਾਂ ਦੇ ਵੱਲੋਂ ਇੱਕ ਦੂਜੇ ਦੇ ਸਿਰ ਦੇ ਵਿੱਚ ਡਾਂਗਾਂ ਵੀ ਮਾਰੀਆਂ ਗਈਆਂ, ਇੱਟਾਂ ਵੱਟੇ ਵੀ ਇੱਕ ਦੂਜੇ ਵੱਲ ਚਲਾਏ ਗਏ ਆ, ਕਈ ਜਣੇ ਜ਼ਖਮੀ ਹੋਏ ਆ। ਅਤੇ ਮਾਮਲਾ ਸਿਰਫ ਇੰਨਾ ਕਾ ਕਿ ਬੀਜੇਪੀ ਦਾ ਉਮੀਦਵਾਰ ਜਿਹੜਾ ਉਹ ਕਾਗਜ਼ ਦਾਖਲ ਕਰਨ ਚੱਲਿਆ ਸੀ ਅਤੇ ਉਹਦੇ ਨਾਲ ਸਮਰਥਕਾਂ ਦੀ ਵੱਡੀ ਭੀੜ ਸੀ, ਅਤੇ ਰਾਹ ਦੇ ਵਿੱਚ ਜਨ ਨਾਇਕ ਜਨਤਾ ਪਾਰਟੀ ਦਾ ਦਫ਼ਤਰ ਵੀ ਪੈਂਦਾ ਜਿਹੜਾ ਉਮੀਦਵਾਰ ਦਾ। ਉਸ ਥਾਂ ਤੋਂ ਲੰਘਣ ਲੱਗੇ ਕਿਸੇ ਨੇ ਕੋਈ ਟਿਚਰ ਕੀਤੀ ਜਾਂ ਮਾੜੀ ਗੱਲ ਕਹੀ ਜਾਂ ਚੰਗੀ ਗੱਲ ਕਹੀ, ਉਸ ਤੋਂ ਬਾਅਦ ਆਪਸ ਦੇ ਵਿੱਚ ਫਸ ਪਏ। ਅਤੇ ਫਿਰ ਉਹਨਾਂ ਨੇ ਕਿਹਾ ਜੀ ਕਿ ਸਿਰ ਪਾੜ ਪਾੜ ਕੇ ਹੀ ਲੋਕਤੰਤਰ ਮਜ਼ਬੂਤ ਹੁੰਦਾ। ਫਿਰ ਉਹਨਾਂ ਨੇ ਇੱਕ ਦੂਜੇ ਦੇ ਉੱਤੇ ਚੰਗਾ ਜਲਵਾ ਵੀ ਪੇਸ਼ ਕੀਤਾ, ਯਾਨੀ ਕਿ ਮਹਾਨ ਭਾਰਤ ਦੇ ਵਿੱਚ ਲੋਕਤੰਤਰ ਮਜ਼ਬੂਤ ਕਰਨ ਦੀਆਂ ਮੁੱਢਲੀਆਂ ਕਾਰਵਾਈਆਂ। ਜੇਕਰ ਮੁੱਢਲੀ ਕਾਰਵਾਈ ਇਹੋ ਜਿਹੀ ਹੋ ਸਕਦੀ ਹੈ ਤਾਂ ਜਿੱਤਣ ਤੋਂ ਬਾਅਦ ਆਖਰੀ ਕਾਰਵਾਈ ਕਿਹੋ ਜਿਹੀ ਹੋ ਸਕਦੀ ਹੈ ਇਹਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਹਰਿਆਣੇ ਦੇ ਨੂੰਹ ਜ਼ਿਲ੍ਹੇ ਦੇ ਵਿੱਚ ਬੀਜੇਪੀ ਅਤੇ JJP ਵਰਕਰਾਂ ਦਰਮਿਆਨ ਖੂਨੀ ਝੜਪ ਹੋਈ। ਬੀਜੇਪੀ ਦੇ ਉਮੀਦਵਾਰ ਵੱਲੋਂ ਰੋਡ ਸ਼ੋਅ ਕੱਢਿਆ ਜਾ ਰਿਹਾ ਸੀ ਅਤੇ ਇਹ ਰੋਡ ਸ਼ੋਅ JJP ਉਮੀਦਵਾਰ ਦੇ ਦਫ਼ਤਰ ਦੇ ਅੱਗੋਂ ਦੀ ਲੰਘਿਆ ਤਾਂ ਦੋਵਾਂ ਪਾਰਟੀਆਂ ਦੇ ਵਰਕਰ ਆਪਸ ਦੇ ਵਿੱਚ ਭਿੜ ਪਏ। ਦਰਅਸਲ ਅੱਜ ਦੁਪਹਿਰ ਦੇ ਸਮੇਂ ਨੂੰਹ ਖੇਤਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਜਨ ਨਾਇਕ ਜਨਤਾ ਪਾਰਟੀ ਦੇ ਵਰਕਰ ਵੱਡੀ ਗਿਣਤੀ ਦੇ ਵਿੱਚ ਆਪਣੇ ਨੇਤਾਵਾਂ ਦੇ ਨਾਮਜ਼ਦਗੀ ਪੇਪਰ ਦਾਖਲ ਕਰਨ ਲਈ ਜਾ ਰਹੇ ਸਨ ਜਦੋਂ BJP ਵਰਕਰ ਗੁਰੂਗ੍ਰਾਮ ਅਲਵਰ ਮਾਰਗ ਦੇ ਉੱਤੇ JJP ਦੇ ਦਫ਼ਤਰ ਸਾਹਮਣੇ ਲੰਘ ਰਹੇ ਸਨ ਤਾਂ ਦੋਵਾਂ ਪਾਰਟੀਆਂ ਦੇ ਵਰਕਰਾਂ ਦੇ ਵਿੱਚ ਲੜਾਈ ਹੋ ਗਈ। ਇਸ ਲੜਾਈ ਦੇ ਵਿੱਚ ਡੰਡਿਆਂ, ਬੇਸਬਾਲਾਂ ਅਤੇ ਪੱਥਰਬਾਜ਼ੀ ਦੀ ਵੀ ਵਰਤੋਂ ਕੀਤੀ ਗਈ ਅਤੇ ਇਸ ਦੌਰਾਨ ਅੱਧੀ ਦਰਜਨ ਗੱਡੀਆਂ ਦੀ ਭੰਨਤੋੜ ਹੋਈ ਅਤੇ ਕਈ ਵਰਕਰਾਂ ਦੇ ਸੱਟਾਂ ਵੀ ਵੱਜੀਆਂ ਨੇ। ਦੱਸਣਯੋਗ ਹੈ ਕਿ ਅੱਜ ਭਾਜਪਾ ਨੇਤਾ ਚੌਧਰੀ ਜ਼ਾਕਰ ਹੁਸੈਨ ਅਤੇ JJP ਦੇ ਉਮੀਦਵਾਰ ਤਾਇਬ ਹੁਸੈਨ ਕਸੇੜਿਆ ਨੇ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਾ ਸੀ। ਦੋਵਾਂ ਪਾਰਟੀਆਂ ਦੇ ਨੇਤਾ ਆਪਣੇ ਵਰਕਰਾਂ ਨੂੰ ਇਕੱਠਾ ਕਰਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਸਨ। ਝਗੜੇ ਦੌਰਾਨ ਸੜਕ ਦੇ ਉੱਤੇ ਜਾਮ ਲੱਗ ਗਿਆ। ਇਸ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਵਰਕਰ ਦੁਬਾਰਾ ਫਿਰ ਬੱਸ ਅੱਡੇ ਕੋਲ ਭਿੜ ਪਏ। ਬਾਅਦ ਦੇ ਵਿੱਚ ਪੁਲਿਸ ਨੇ ਮੌਕੇ ਦੇ ਉੱਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ, ਪਰ ਤਣਾਅ ਆਥਣ ਤੱਕ ਬਣਿਆ ਰਿਹਾ। ਇਸ ਖਬਰ 'ਤੇ ਟਿੱਪਣੀ ਕਰ ਰਹੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹਰਿਆਣੇ ਦੇ ਵਿੱਚ ਭਾਜਪਾ ਨੂੰ ਇਹ ਗੱਲ ਮਹਿਸੂਸ ਹੋ ਰਹੀ ਹੈ ਕਿ ਇੱਥੇ ਸਿਰਫ ਫਾਰਮੈਲਿਟੀ ਹੈ, ਬਾਕੀ ਤਾਂ ਸਾਰਾ ਕੁਝ ਸਾਡੀ ਝੋਲੀ ਦੇ ਵਿੱਚ ਹੈ ਹੀ। ਭਾਜਪਾ ਇਹ ਗੱਲ ਮਹਿਸੂਸ ਕਰ ਰਹੀ ਹੈ ਕਿ ਇੱਥੇ ਕੋਈ ਸਾਡਾ ਵਿਰੋਧ ਨਹੀਂ, ਅਸੀਂ ਕੋਈ ਇਹੋ ਜਿਹੀ ਸਮੱਸਿਆ ਦੇ ਵਿੱਚ ਹੈ ਨਹੀਂ ਜਿਹਦੇ ਕਰਕੇ ਕਿਸੇ ਹੋਰ ਦੀ ਸਾਨੂੰ ਇਸ ਵਕਤ ਦਾਬੇ ਨੂੰ ਚੱਲਣ ਦੀ ਲੋੜ ਪਵੇ ਜਾਂ ਅਸੀਂ ਕਿਸੇ ਦੇ ਮੁਤਾਬਕ ਚੱਲੀਏ। ਭਾਜਪਾ ਨੂੰ ਇਹ ਜਾਪਦਾ ਕਿ ਸਾਡੀ ਸਰਕਾਰ ਕੇਂਦਰ ਦੇ ਵਿੱਚ ਵੀ ਹੈ, ਸੂਬੇ ਦੇ ਵਿੱਚ ਵੀ ਹੈ, ਇਸ ਕਰਕੇ ਸਾਡੀ ਹੀ ਸਰਕਾਰ ਬਣਨੀ ਹੈ। ਪਰ ਦੂਜੀ ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਅੱਜ ਵਰਕਰ ਭਿੜੇ ਆ, ਨਾ ਪੰਜਾਬ ਦੇ ਵਿੱਚ ਵਰਕਰਾਂ ਨੇ ਕਦੇ ਅਕਲ ਕੀਤੀ, ਨਾ ਕਦੇ ਸਾਡੇ ਗੁਆਂਢੀ ਸੂਬਿਆਂ ਦੇ ਵਿੱਚ, ਨਾ ਹੀ ਕਿਸੇ ਹੋਰ ਪਾਸੇ, ਕਿਉਂਕਿ ਲੜਦੇ ਆ ਮਰਦੇ ਆ ਆਮ ਲੋਕ ਅਤੇ ਨਜ਼ਾਰੇ ਲੁੱਟਦੇ ਨੇਤਾ, ਅਤੇ ਜਿਹੜੇ ਨੇਤਾ ਨਜ਼ਾਰੇ ਲੁੱਟ ਰਹੇ ਹੁੰਦੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਸਾਡੀ ਖਾਤਰ ਕਿਹਨੇ ਕਿਹਨੇ ਸਿਰ ਪੜਵਾਇਆ, ਸਾਡੀ ਖਾਤਰ ਕੌਣ ਕੌਣ ਮੌਤ ਦੀ ਬੁੱਕਲ ਦੇ ਵਿੱਚ ਚਲਾ ਗਿਆ, ਕਿਹਨੇ ਲੜਾਈ ਦੀ ਸ਼ੁਰੂਆਤ ਕੀਤੀ ਸੀ, ਕਿਹਨੇ ਅਖੀਰ ਕੀਤੀ ਆ। ਇਹਨਾਂ ਨੇ ਹਾਰ ਕੇ ਵੀ ਇੱਕ ਦੂਜੇ ਦੇ ਹੋ ਜਾਣਾ, ਅਸੀਂ ਜਿੱਤਣ ਤੋਂ ਬਾਅਦ ਵੀ ਇੱਕ ਦੂਜੇ ਦੇ ਨਾਲ ਭਿੜਦੇ ਰਹਿਣਾ, ਇਹ ਸਾਡੇ ਭਾਰਤ ਵਾਸੀਆਂ ਦੀ ਮੰਦੜੀ ਮਾਨਸਿਕਤਾ ਦੀ ਇੱਕ ਸਭ ਤੋਂ ਵੱਡੀ ਉਦਾਹਰਨ ਹੈ। ਪੰਜਾਬ ਦੇ ਵਿੱਚ ਵੀ ਤਾਂ ਇੱਦਾਂ ਹੀ ਹੁੰਦਾ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ, ਇੱਕ ਪਾਸੇ ਅਸੀਂ ਕਹਿੰਦੇ ਹਾਂ ਕਿ ਪਿੰਡ ਪਰਿਵਾਰ ਹੁੰਦਾ ਅਤੇ ਦੂਜੇ ਪਾਸੇ ਉਸ ਪਰਿਵਾਰ ਦੇ ਵਿੱਚ ਹੀ ਕਿੰਨੇ ਕਿੰਨੇ ਧੜੇ ਬਣੇ ਹੁੰਦੇ ਆ ਅਤੇ ਕਿੰਨੇ ਕਿੰਨੇ ਪੈਸੇ ਖਰਚੇ ਜਾਂਦੇ ਆ ਅਤੇ ਕਿੰਨੀਆਂ ਕਿੰਨੀਆਂ ਦੁਸ਼ਮਣੀਆਂ ਪੈਂਦੀਆਂ। ਸੋ ਇਹੋ ਜਿਹਾ ਕੁਝ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਦੇ ਮੌਕੇ ਹੁੰਦਾ। ਕਾਸ਼ ਲੋਕਾਂ ਨੂੰ ਅਕਲ ਆ ਜਾਵੇ ਕਿ ਲੜਨ ਦਾ ਕੋਈ ਫਾਇਦਾ ਨਹੀਂ, ਕਾਸ਼ ਲੋਕ ਇਸ ਗੱਲ ਨੂੰ ਸਮਝ ਲੈਣ
ਕਿ ਜਿਹੜੇ ਉਮੀਦਵਾਰ ਨੇ 3-4-5-7 ਕਰੋੜ ਰੁਪਈਆ ਖਰਚਣਾ ਉਹ ਕੋਈ ਲੋਕ ਸੇਵਾ ਲਈ ਨਹੀਂ ਖਰਚਿਆ ਜਾ ਰਿਹਾ। ਕਾਸ਼ ਲੋਕ ਇਸ ਗੱਲ ਨੂੰ ਸਮਝ ਲੈਣ ਕਿ ਜੋ ਮੁੱਦੇ ਸਾਡੇ ਮੂਹਰੇ ਅੱਜ ਚੁੱਕੇ ਜਾ ਰਹੇ ਕਿ ਅਸੀਂ ਆਹ ਹੱਲ ਕਰਾਂਗੇ, ਉਹ ਕਦੇ ਹੱਲ ਹਾਲੇ ਤੱਕ ਨਹੀਂ ਹੋਏ ਅਤੇ ਹੁਣ ਕਿੰਨੇ ਸਮੇਂ ਦੇ ਵਿੱਚ ਹੋਣਗੇ। ਇਹਦੇ ਲਈ ਜਵਾਬ ਤਲਬੀ ਕੀਤੀ ਜਾਵੇ, ਜਵਾਬਦੇਹ ਬਣਾਇਆ ਜਾਵੇ। ਪਰ ਲੋਕਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਚਾਹੀਦੀਆਂ, ਮੁਫ਼ਤ ਦੀ ਭਾਵੇਂ ਜ਼ਹਿਰ ਦੇ ਦਿਓ। ਲੋਕ ਦੂਰ ਰਸੀ ਸੋਚ ਦੇ ਮਾਲਕ ਨਹੀਂ, ਜਿਹਦੇ ਕਰਕੇ ਭਾਵੇਂ ਪੰਜਾਬ ਦੀ ਗੱਲ ਕਰ ਲਈਏ ਜਾਂ ਭਾਰਤ ਦੇ ਕਿਸੇ ਵੀ ਹੋਰ ਸੂਬੇ ਦੀ, ਅਸੀਂ ਉੱਥੇ ਦੇ ਉੱਥੇ ਖੜ੍ਹੇ ਹਾਂ। ਸਾਡੇ ਮਸਲੇ ਉਹੀ ਆ ਜਿਹੜੇ 70 ਸਾਲ ਪਹਿਲਾਂ ਸੀ। ਸਾਡੀ ਗਲੀ ਨਹੀਂ ਬਣਦੀ, ਸਾਡੀ ਨਾਲੀ ਨਹੀਂ ਪੱਕੀ ਹੁੰਦੀ, ਸਾਡੇ ਸਟਰੀਟ ਲਾਈਟ ਹੈ ਨਹੀਂ, ਸਾਡੇ ਪਾਣੀ ਦੀ ਸਮੱਸਿਆ, ਸਾਡੇ ਸੀਵਰੇਜ ਦੀ ਸਮੱਸਿਆ। ਅਸੀਂ ਇਹਨਾਂ ਚੱਕਰ ਵਿਊਆਂ ਦੇ ਵਿੱਚੋਂ ਕਦੇ ਬਾਹਰ ਨਿਕਲੇ ਨਹੀਂ, ਅਤੇ ਜਿੰਨੀ ਦੇਰ ਤੱਕ ਸਾਡੀ ਸੋਚ ਨੂੰ ਜੰਗਾਲ ਲੱਗੀ ਹੋਈ ਆ ਕਦੇ ਇਸ ਚੱਕਰ ਵਿਊ ਦੇ ਵਿੱਚੋਂ ਅਸੀਂ ਬਾਹਰ ਨਿਕਲਦੇ ਨਹੀਂ। ਇਸ ਕਰਕੇ ਹਰਿਆਣੇ ਦੇ ਵਿੱਚ ਜੋ ਭਿੜੇ ਆ ਉਹਨਾਂ ਨੂੰ ਕੀ ਕਹੀਏ ਅਤੇ ਕੀ ਨਾ ਕਹੀਏ ਇਸ ਗੱਲ ਦੀ ਸਮਝ ਨਹੀਂ ਪੈਂਦੀ। ਪਰ ਜਿਹੜੇ ਸਿਆਣੇ ਆ ਉਹ ਇਸ ਗੱਲ ਨੂੰ ਸਮਝ ਸਕਦੇ ਆ। ਕਾਸ਼ ਕਿਤੇ ਜੋ ਅਨਪੜ੍ਹ ਨੇ ਜਾਂ ਜਿਹੜੇ ਅੰਨੇ ਭਗਤ ਨੇ ਰਾਜਨੀਤਿਕ ਲੋਕਾਂ ਦੇ, ਉਹ ਥੋੜ੍ਹਾ ਜਿਹਾ ਸਮਝ ਤੋਂ ਕੰਮ ਲੈ ਲੈਣ ਕਿ ਅਸੀਂ ਜੋ ਕਮਾਉਣਾ ਉਹ ਖਾਣਾ, ਸਾਨੂੰ ਰਾਜਨੀਤਿਕ ਪਾਰਟੀਆਂ ਨੇ ਕੁਝ ਨਹੀਂ ਦੇਣਾ, ਸਾਡੇ ਕੋਲੋਂ ਲੈਣਾ ਹੀ ਲੈਣਾ, ਭਾਵੇਂ ਉਹ ਵੋਟ ਦੇ ਰੂਪ ਦੇ ਵਿੱਚ ਹੋਵੇ ਅਤੇ ਭਾਵੇਂ ਕਦੇ ਕਦਾਈ ਨੋਟ ਦੇ ਰੂਪ ਦੇ ਵਿੱਚ ਜਿਹਨੂੰ ਇਹ ਫੰਡ ਕਹਿੰਦੇ ਆ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ, ਬਹੁਤ ਬਹੁਤ ਮਿਹਰਬਾਨੀ।